ਹਾਰਦਿਕ ਭਾਈ ਅੱਛਾ ਤੇ ਉਹ ਨਵਾਂ ਵਿਆਹਾ ਹੋਇਆ ਹੂੰ ਤੇ ਕੋਈ ਕਨਿਓ ਨਾਗਰੀ ਦਾ ਜ਼ਿਮੀਂਦਾਰ ਬਹੁਤ ਮੰਡੀ ਤੇ ਲੈ ਕੇ ਵਗ ਗਿਆ ਉਹ ਕਨਿਓ ਨਾਗਰੀ ਦਾ ਜ਼ਿਮੀਂਦਾਰ ਜਦੋਂ ਵੱਧ ਲੈ ਕੇ ਵਗ ਗਿਆ ਅੱਗੇ ਭਲਾ ਟਾਈਮ ਹੁੰਦਾ ਕੋਈ ਮਰਜ਼ੀ ਰਾਹੀ ਰਾਤ ਕੱਟ ਸਕਦਾ ਹੁਣ ਤਾਂ ਇਹ ਨਹੀਂ ਪਤਾ ਕੋਈ ਭਾਂਡੀ ਚੱਕ ਲਿਆ ਜੀ ਰਾਤ ਨੂੰ ਉਹਨੇ ਕੋਈ ਖੁੱਲ੍ਹਾ ਜਿਹਾ ਘਰ ਦੇਖ ਕੇ ਜ਼ਿਮੀਂਦਾਰ ਦਾ ਵੱਧ ਬੰਨਤਾ ਕੱਖ ਪੱਠਾ ਪਾਤਾ ਤੇ ਉਹਦੇ ਘਰ ਵਾਲੀ ਹੁਣ ਨਵੀਂ ਵਿਆਹੀ ਉਹਨੇ ਪਾਣੀ ਧਾਣੀ ਫੜਾਤਾ ਠੀਕ ਹੈ ਵੀ ਇਹਨਾਂ ਦੀ ਕੁਛ ਕੀਰੀ ਚ ਹੋਊ ਚੱਲ ਫੇਰ ਹੀ ਆਇਆ ਅਗਲਾ ਇਹ ਤਾਂ ਭਾਈ ਜ਼ਿਮੀਂਦਾਰ ਆ ਗਿਆ ਬਲਦ ਲੈ ਕੇ ਖੇਤੋਂ ਆਪਦੇ ਉਹਨੇ ਆ ਕੇ ਬਲਦ ਬੰਨ ਕੇ ਕੱਖ ਪੱਠਾ ਪਾ ਕੇ ਬਲਦਾਂ ਨੂੰ ਉਹਨੇ ਜਾ ਕੇ ਹੱਥ ਮਿਲਿਆ ਲਿਆ ਉਹਨੇ ਆਖਿਆ ਮੇਰੇ ਘਰ ਵਾਲੀ ਦੀ ਸ਼ਕੀਰੀ ਚੋਂ ਇਹ ਪਤਾ ਦੋਨਾਂ ਨੂੰ ਨਾ ਉਹਨੇ ਭਾਈ ਦਿਲਾ ਦੋਨਾਂ ਨੂੰ ਜਦੋਂ ਪਤਾ ਨਾ ਉਹਨੇ ਭਾਈ ਦਿਲਾ ਜ਼ਿਮੀਂਦਾਰ ਨੇ ਆਖਿਆ ਵੀ ਮੇਰੇ ਘਰ ਵਾਲੀ ਦੀ ਸ਼ਕੀਰੀ ਚੋਂ ਨਵਾਂ ਵਿਆਹ ਹੋਇਆ ਨਵੇਂ ਨਵੀਂ ਪਹਿਲੀ ਵਾਰ ਬੰਦਾ ਆਇਆ ਆਪਾਂ ਇਹਦਾ ਮਾਨ ਤਾਨ ਕਰੀਏ ਉਹਨੇ ਨਾ ਪਹਿਲਾਂ ਤਾਂ ਆਪਣੀ ਮੁਰਗਾ ਮਰਗਾ ਬਣਾ ਲਿਆ ਦਾਰੂ ਦੀ ਬੋਤਲ ਲਿਆਂਦੀ ਅਤੇ ਰਾਤ ਨੂੰ ਗੱਲਾਂ ਬਾਤਾਂ ਕਰੀਆਂ ਪੁੱਛਿਆ ਦੋਨਾਂ ਨੇ ਨਾ ਠੀਕ ਹੈ ਵੀ ਕੌਣ ਆ ਇਹ ਤੜਕੋ ਕਹਿੰਦਾ ਚੰਗਾ ਭਾਈ ਮੈਂ ਚੱਲਦਾ ਫਿਰ ਹੁਣ ਦਿਨ ਚੜ ਜੂਗਾ ਵੀ ਦੇਖ ਲਾ ਉਹ ਕਹਿੰਦੇ ਉਹਦੇ ਘਰ ਵਾਲੇ ਕਹਿੰਦੇ ਨੇ ਪੂਰਾ ਦੇ ਤੈਨੂੰ ਅੱਛਾ ਉਹਨੇ ਭਾਈ ਪੂਰਾ ਦਿੱਤਾ ਹੁਣ ਉਹ ਛੱਡਣ ਆ ਗਿਆ ਛੱਡ ਕੇ ਮੁੜ ਗਿਆ ਥੋੜ੍ਹੀ ਕਹਾਣੀ ਦੂਰ ਜਾ ਕੇ ਕਹਿੰਦਾ ਕੌਣ ਤੀ ਨਹੀਂ ਉਹ ਕਹਿੰਦੀ ਮੈਨੂੰ ਕੀ ਪਤਾ ਤੁਹਾਡੀ ਸ਼ਕੀਰੀ 'ਚ ਹੋਊ ਕਹਿੰਦਾ ਨਾ ਤਾਂ ਸਾਡੀ ਸ਼ਕੀਰੀ 'ਚੋਂ ਨਾ ਕਹਿੰਦਾ ਮੇਰੀ ਸ਼ਕੀਰੀ 'ਚੋਂ ਨਾ ਤੇਰੀ 'ਚੋਂ ਕਹਿੰਦਾ ਫਿਰ ਹੋਇਆ ਕੌਣ ਇਹ ਕਹਿੰਦਾ ਤਾਂ ਠੰਕ ਹੀ ਖਾਸਾ ਲਾ ਗਿਆ ਕਹਿੰਦਾ ਮੈਂ ਜਾਂਦਾ ਉਹਦੇ ਮਗਰ ਪੂਰਾ ਤਾਂ ਮੜਵਾਵਾਂ ਕਹਿੰਦੀ ਜਾ ਬਗਜੂ ਆ ਰਲਿਆਂ ਨਾਲ ਕਹਿੰਦਾ ਵੀ ਖੜ ਜਾ ਖੜ ਗਿਆ ਕਹਿੰਦਾ ਜਦ ਤੈਨੂੰ ਦੱਸਿਆ ਦੁੱਸਿਆ ਹੈ ਹੀ ਨਹੀਂ ਨਾ ਤਾਂ ਤੂੰ ਬੋਤਲ ਪੀ ਗਿਆ ਕਹਿੰਦਾ ਮੈਂ ਕਿਹੜੇ ਮੰਗਾਈ ਤੀ ਤੇਥੋਂ ਕਹਿੰਦਾ ਨਾ ਮੁਰਗਾ ਖਾ ਗਿਆ ਕਹਿੰਦਾ ਮੈਂ ਕੀ ਮੰਗਾਇਆ ਤੇਥੋਂ ਆਪ ਹੀ ਲਿਆ ਤੂੰ ਆਹ ਵੀ ਬੋਤਲ ਲਿਆ ਅਤੇ ਕਹਿੰਦਾ ਨਾਲੇ ਤੂੰ ਭੂਰਾ ਲਿਆ ਕਹਿੰਦਾ ਭੂਰਾ ਵਾਲਾ ਕਹਿੰਦਾ ਲੈ ਜਾ ਪਈ ਉਹਦਾ ਕਹਿੰਦਾ ਹੁਣ ਭੂਰਾ ਤਾਂ ਨਹੀਂ ਮਿਲ ਜਾਂਦਾ ਤੂੰ ਸ਼ਕੀਰੀ 'ਚੋਂ ਸਾਡੇ ਨਾ ਤਾਂ ਮੇਰੇ ਘਰ ਵਾਲੀ 'ਚੋਂ ਹੈ ਨਾ ਮੇਰੀ ਸ਼ਕੀਰੀ 'ਚੋਂ ਹੈ ਤੂੰ ਐਂ ਕਰ ਆਪਾਂ ਸ਼ਕੀਰੀ ਪਾ ਲੈ ਤੂੰ ਮੇਰਾ ਭਰਾ ਬਣ ਜਾ ਪੱਗ ਪਟਾ ਲਾ ਕਹਿੰਦਾ ਲੈ ਬਣ ਜਾ ਬਣ ਗਿਆ ਭਾਈ ਪਿੰਡ ਖੜਾ ਪੁੱਛ ਲਿਆ ਸਾਰਾ ਕੁਝ ਪੁੱਛ ਲਿਆ ਗੱਲਬਾਤ ਕਰ ਲਈ ਇਹ ਤਾਂ ਨੇ ਭਾਈ ਉੱਥੇ ਜਿੱਥੇ ਉਹਨੇ ਰਾਤ ਕੱਟੀ ਦੀ ਕਨੌ ਨਾਗਰੀ ਵਾਲੇ ਨੇ ਉੱਥੇ ਕਾਲ ਪੈ ਗਿਆ ਮੀਂਹ ਨਾ ਪਿਆ ਲੋਕ ਭੁੱਖੇ ਮਰਨ ਲੱਗ ਗਏ ਫਸਲਾਂ ਹੁਣ ਉਹੜ ਗਈਆਂ ਜਦੋਂ ਮੀਂਹ ਨਾ ਪਿਆ ਤੇ ਉਹ ਕਹਿੰਦੇ ਭੁੱਖੇ ਮਰਦੇ ਹੁਣ ਬੈਠੇ ਰਹੇ ਸੋਚਾਂ 'ਚ ਵੀ ਹੁਣ ਜਵਾਕ ਖਾਣ ਨੂੰ ਕੀ ਖਵਾਵਾਂਗੇ ਕਬਾਲ ਬੱਚਾ ਹੋਊਗਾ ਟਾਈਮ ਲੰਘ ਗਿਆ ਉਹ ਕਹਿੰਦਾ ਕਹਿੰਦੇ ਐਂ ਕਰ ਤੇਰੇ ਕਨੌ ਨਾਗਰੀ ਵਾਲੇ ਕੋਲ ਨਾ ਚੱਲੀਏ ਜਿਹਦੇ ਨਾਲ ਤਾਂ ਪੱਗ ਪਟਾਈ ਤੀ ਕਹਿੰਦਾ ਗੱਲ ਪੱਕੀ ਉੱਥੇ ਨੂੰ ਚੱਲ ਹੁਣ ਕਨਿਓ ਨਾਗਰੀ ਪਿੰਡ ਦਾ ਨਾਉਂ ਤੀ ਉੱਥੇ ਨਿਉ ਨਹੀਂ ਤੀ ਹੁੰਦਾ ਕਨਿਓ ਹੀ ਹੁੰਦਾ ਤੀ ਠੀਕ ਹੈ ਹੁਣ ਉਹਨੇ ਘੋੜੀ 'ਤੇ ਆਪਦੇ ਜਵਾਕ ਚੱਲ ਬਿਠਾ ਲਿਆ ਨਾ ਆਪਦੇ ਘਰ ਵਾਲੀ ਬਿਠਾ ਲਈ ਆਪ ਮੂਹਰੇ ਫੜ ਕੇ ਘੋੜੀ ਤੁਰਿਆ ਜਾਂਦਾ ਹੁਣ ਕਨਿਓ ਨਾਗਰੀ ਦਾ ਕਸਾਈ ਬੈਠਾ ਹੈ ਸੱਥ 'ਚ ਉਹ ਘੋੜੀ ਲਈ ਲੰਘਿਆ ਜਾਂਦਾ ਕਸਾਈ ਕਹਿੰਦਾ ਵੀ ਘੋੜੀ ਵੇਚਣੀ ਹੈ ਕਹਿੰਦਾ ਜੀ ਹਾਂ ਵੇਚ ਦਿਆਂਗੇ ਕਹਿੰਦਾ ਕਿ ਵੀ ਕਿੰਨਾ ਮੁੱਲ ਆ ਘੋੜੀ ਦਾ ਕਹਿੰਦਾ ਜੀ 70 ਰੁਪਈਏ ਉਹ ਜਿਹੇ ਰੇਟ 'ਤੇ ਉਦੋਂ ਉਹ ਕਹਿੰਦਾ ਸਭ ਕਾ ਸਹੀ ਉਹਨੇ ਆਖਿਆ ਵਿੱਚ ਕਾਠੀ ਦੇ ਗੁਲਾਮ ਦੇ ਕਹਿੰਦਾ ਉਹ ਕਹਿੰਦਾ ਹਾਂ ਉਹਨੇ ਫੜਾ ਕੇ 70 ਰੁਪਏ ਘੋੜੀ ਦਾ ਗੁਲਾਮ ਫੜ ਲਿਆ ਕਹਿੰਦਾ ਜੀ ਮੈਂ ਉਹਦੇ ਜਵਾਕ ਤਾਂ ਲਾ ਲਾਂ ਕਹਿੰਦਾ ਤੇਰੇ ਨਾਲ ਕਰੇ ਨੇ ਸਭ ਕਾ ਸਹੀ ਤੇ ਵੀ ਉਹ ਤਾਂ ਵਿਚਾਰਾ ਪੋਲਾ ਹੋ ਕੇ ਵੱਗ ਗਿਆ ਉੱਥੇ ਹੁਣ ਜਦੋਂ 7 ਦੇ ਕਹਿੰਦੇ ਹਾਂ ਵੀ ਤਾਂ ਕਰੇ ਨੇ ਕਹਿੰਦਾ ਮੈਂ ਤਾਂ ਕਾਠੀ ਦੇ ਗੁਲਾਮ ਦੇ ਕਹਿੰਦਾ ਤੀ ਹੁਣ ਜਵਾਕ ਤਾਂ ਨਹੀਂ ਵੇਚਣੇ ਮੈਂ ਕਹਿੰਦਾ ਨਾ ਨਾ ਕਰੇ ਨੇ ਬਈ ਜਾ ਤੂੰ ਉਹਨੇ ਭਾਈ ਦਿਲ ਉੱਥੋਂ ਰੋਂਦਾ ਰੋਂਦਾ ਉਹਦੇ ਕੋਲੇ ਵੱਗ ਗਿਆ ਕਹਿੰਦਾ ਬਾਈ ਮੈਂ ਤਾਂ ਤੇਰੇ ਕਸਾਈ ਨੇ ਕਰੀ ਬੱਕਰੇ ਵੱਢਣੇ ਅਤੇ ਉਹ ਕਹਿੰਦਾ ਐਂ ਕਰ ਤੂੰ ਉਰੇ ਬਹਿ ਜਾ ਮੈਂ ਲਿਆਉਣਾ ਜਵਾਕ ਮੁੜਵਾ ਕੇ ਨਾਲੇ ਲਿਆਉਂ ਘੋੜੀ ਉਹ ਕਹਿੰਦਾ ਉਹਦੇ ਪੈਸੇ ਮੋੜੇ ਕਹਿੰਦਾ ਪੈਸੇ ਕਿਉਂ ਮੋੜਨੇ ਨੇ ਐਂ ਦੇ ਕਿਉਂ ਜਿਵੇਂ ਉਹਨੇ ਕਰੀ ਹੈ ਵੱਗ ਗਿਆ ਕਸਾਈ ਸੱਥ 'ਚ ਬੈਠਾ ਘੋੜੀ ਘਰੇ ਬੰਨਿਆ ਜਵਾਕ ਨੂੰ ਉਹਦੇ ਘਰੇ ਛੱਡਿਆ ਅਤੇ ਕਹਿੰਦਾ ਕਸਾਈ ਕਹਿੰਦਾ ਹਾਂ ਕਹਿੰਦਾ ਜੇ ਸਿਰੀ ਚਾਹੀਦੀ ਹੈ ਕਹਿੰਦਾ ਮਿਰਜੂ ਕਹਿੰਦਾ ਕਾਸੇ ਦੀ ਮਰਜ਼ੀ ਲੈ ਜਾ ਕਹਿੰਦਾ ਕਿੰਨੇ ਕੁ ਪੈਸਿਆਂ ਦੀ ਹੈ ਕਹਿੰਦਾ 1 ਰੁਪਈਏ ਤੋਂ ਲੈ ਕੇ 5 ਰੁਪਈਆਂ ਤੱਕ ਪਈ ਹੈ ਸਿਰੀ ਜਿਹਦੀ ਮਰਜ਼ੀ ਲੈ ਜਾ ਕਹਿੰਦਾ ਜਿਹਦੀ ਮਰਜ਼ੀ ਕਹਿੰਦਾ ਹਾਂ ਕਹਿੰਦਾ ਫਿਰ 80 ਰੁਪਈਏ ਤੇਰੇ ਮੁੰਡੇ ਦੀ ਸਿਰੀ ਦੇ ਦੇ ਕਸਾਈ ਕਹਿੰਦਾ ਜਰਾ 80 ਰੁਪਈਆਂ ਖਾਤਰ ਮੁੰਡੇ ਦੀ ਸਿਰੀ ਕਿਹੜਾ ਦੇ ਦੂ ਕਹਿੰਦਾ 70 ਰੁਪਈਆਂ ਖਾਤਰ ਘੋੜੀ ਤੇ ਜਵਾਕ ਕਿਹੜਾ ਦੇ ਦੂਗਾ ਤੈਨੂੰ ਨਹੀਂ ਤਾਂ ਮੁੰਡੇ ਦੀ ਸਿਰੀ ਦੇ ਕਿਹਾ ਤੈਂ ਵੀ ਕਾਸੇ ਦੀ ਮਰਜ਼ੀ ਲੈ ਲੈ ਨਹੀਂ ਕਹਿੰਦਾ ਘੋੜੀ ਤੇ ਹੋ ਜਵਾਕ ਮੋੜ ਹੁਣ ਭਾਈ ਉਹਨੂੰ ਮੋੜਨੇ ਪੈ ਗਏ ਫਿਰ ਉਹ ਮੁੰਡੇ ਦੀ ਸਿਰੀ ਕਿੱਥੋਂ ਹੁੰਦਾ ਉਹ ਕਹਿੰਦਾ ਪੈਸੇ ਕਹਿੰਦਾ ਕਿਹੜੇ ਪੈਸੇ ਪੈਸਾ ਪੁਸਾ ਕੋਈ ਨਹੀਂ ਹੁੰਦਾ ਮੈਂ ਆਪਦੇ ਰੱਖ ਲੈ ਮੁੰਡੇ ਦੀ ਸਿਰੀ ਦੇ ਦੇ ਵੀ ਕਹਿੰਦਾ ਵੀ ਚੱਲ ਲੈ ਜਾ ਯਾਰ ਹੁਣ ਉਹਦੇ ਖੁਸ਼ ਕਹਿ ਬੈਠਾ
ਹੁਣ ਉੱਥੇ ਜੇ ਕੋਈ ਗੱਲ ਕਹਿੰਦਾ ਤਾਂ ਉੱਤੇ ਮੇਰਾ ਹੱਕ ਨਿਉਂ ਹੁੰਦਾ ਸੀ ਉਹ ਲੈਵੇ ਵਾਲਾ ਬੈਠਾ ਸੀ ਜਿਹੜਾ ਕੋਈ ਉਹ ਕਹਿੰਦਾ ਭਾਈ ਮੁੰਨ ਦੇ ਤੈਨੂੰ ਖੁਸ਼ ਕਰੂ ਇਹ ਉਹਨੇ ਦਾੜੀ ਮੁੰਨਤੀ ਉਹਨੇ 5 ਰੁਪਏ ਦਿੱਤੇ 10 ਦਿੱਤੇ ਗੱਲ ਮੁੱਕਦੀ ਕਰ 70 ਦੇ 70 ਹੀ ਦਿੱਤੇ ਉਹ ਕਿਉਂ ਖੁਸ਼ ਹੁੰਦਾ ਉਹ ਕਹਿੰਦਾ ਮੈਂ ਤਾਂ ਖੁਸ਼ ਹੀ ਨਹੀਂ ਹੋਇਆ ਜੀ ਪਹਿਲਾਂ ਮੈਨੂੰ ਖੁਸ਼ ਕਰ ਉਹਨਾਂ ਬੜਾ ਪੰਗਾ ਖੜਾ ਹੋਇਆ ਕਹਿੰਦਾ ਮੈਂ ਤੈਨੂੰ ਘਰੋਂ ਲਿਆ ਕੇ ਦਿੰਦਾ ਕਹਿੰਦਾ ਇੰਨੇ ਚਿਰ ਚਾ ਜਾਣੀ ਤੇਰੇ ਮਗਰ ਪੁਲਿਸ ਆਊ ਜਿੰਨਾ ਚਿਰ ਮੈਂ ਖੁਸ਼ ਨਹੀਂ ਹੁੰਦਾ ਉਹਨੇ ਸੋਚਿਆ ਰਾਹ 'ਚ ਹੁੰਦੇ ਨੇ ਮੇਰਾ ਸਾਲਾ ਵੀ ਤਾਂ ਸਾਰਾ ਘਰ ਲੈ ਕੇ ਵੀ ਨਹੀਂ ਖੁਸ਼ ਹੋਣਾ ਇਹਦਾ ਕੀ ਪਤਾ ਖੁਸ਼ ਹੋ ਕੇ ਨਾ ਹੋਊਗਾ ਬੜਾ ਪੰਗਾ ਛੜਿਆ ਉਹਨੂੰ ਆ ਕੇ ਕਹਿੰਦਾ ਬਾਈ ਯਾਰ ਮੈਂ ਤਾਂ ਦਾੜੀ ਘਟਾਉਣ ਵਾ ਗਿਆ ਕਹਿੰਦਾ ਮੈਥੋਂ ਤਾਂ ਗੱਲ ਕਹੀ ਕਿ ਮੈਂ ਤੈਨੂੰ ਖੁਸ਼ ਕਰ ਦੂੰ ਤਾਂ ਕਹਿੰਦਾ 70 ਰੁਪਏ ਲੈ ਲਏ ਮੇਥੋਂ ਤਾਂ ਉਹ ਤਾਂ ਖੁਸ਼ ਹੀ ਨਹੀਂ ਹੁੰਦਾ ਕਹਿੰਦਾ ਉਹ ਨਹੀਂ ਹੁੰਦਾ ਜੇ ਸਾਰਾ ਘਰ ਦਿਆ ਤਾਂ ਨਹੀਂ ਹੁੰਦਾ ਖੁਸ਼ ਉਹ ਕੋਈ ਖੁਸ਼ ਹੁੰਦਾ ਮੈਂ ਤੇ ਉਹ ਕਹਿੰਦਾ ਮੈਂ ਕਰ ਕਣਾ ਖੁਸ਼ ਤੁਰੇ ਰਹੇ ਉਹਨੇ ਭਾਈ ਦੋ ਬੰਦੇ ਪੁਲਿਸ ਦੇ ਲੈ ਲਏ ਨਾਲ ਜਾ ਕੇ ਕਹਿੰਦਾ ਰਾਜਾ ਰਾਮ ਜੀ ਘਰੀ ਹੋ ਕਹਿੰਦਾ ਹਾਂਜੀ ਘਰੇ ਆ ਜਾਓ ਕਹਿੰਦਾ ਵੀ ਆਪਣੀ ਰਾਣੀ ਦੇ ਰਾਤ ਮੁੰਡਾ ਹੋਇਆ ਤੂੰ ਖੁਸ਼ ਹੈ ਜੇ ਤਾਂ ਹੁਣ ਖੁਸ਼ ਨਹੀਂ ਕਹਿੰਦਾ ਤਾਂ ਉਹ ਕੁੱਟਦੇ ਨੇ ਪੁਲਿਸ ਵਾਲੇ ਢਾ ਲੈਣਗੇ ਵੀ ਭੈਣ ਦਾ ਜਿਹੜਾ ਰਾਣੀ ਦੇ ਤਾਂ ਮਸਾਂ ਮੁੰਡਾ ਹੋਇਆ ਤੂੰ ਕਿਵੇਂ ਖੁਸ਼ ਹੈ ਉਹ ਕਹਿੰਦਾ ਜੀ ਖੁਸ਼ ਹੈ ਮੈਂ ਤਾਂ ਬਾਗੋ ਬਾਗ ਕਹਿੰਦਾ ਫੜਾ 70 ਰੁਪਏ ਫੜਵਾ ਲਿਆ ਕਹਿੰਦਾ ਮੜਵਾ ਲਿਆ ਆ ਕੇ ਕਹਿੰਦਾ ਚੱਕ ਵੀ ਕਹਿੰਦਾ ਐਂ ਕਰੀ ਬਾਹਰੇ ਨਾ ਜਾਈ ਸਾਡੇ ਕਨਿਓ ਹੁੰਦਾ ਨਿਓ ਨਹੀਂ ਹੁੰਦਾ ਕਹਿੰਦਾ ਹੁਣ ਮੈਂ ਕਾਹ ਤੋਂ ਜਾਊਂ ਇਹਦੇ ਨਾਲ ਥੋੜ੍ਹਾ ਕਹਿੰਦਾ ਟਾਈਮ ਲੰਘ ਗਿਆ ਉਹਨੇ ਸੋਚਿਆ ਵੀ ਯਾਰ ਕਾਲ ਖੁੱਲ੍ਹ ਗਿਆ ਹੁਣ ਤਾਂ ਮੀਂਹ ਪੈ ਗਿਆ ਉਹ ਪੱਥਰ ਬੀਜ ਲਾਂਗੇ ਵਗ ਚੱਲਦਾ ਹੁਣ ਕੀ ਇੱਥੇ ਬੈਠ ਕੇ ਕਿੰਨਾ ਕਿਤੇ ਰਖਾਊ ਗੁੱਪਾਂ ਨੂੰ ਵਿਚਾਰਾ ਕਹਿੰਦਾ ਬਾਈ ਅਸੀਂ ਜੇ ਹੁਣ ਜਾਈਏ ਪਿੰਡ ਕਿਰਾਮ ਗੇੜਾ ਵੱਜ ਜੂ ਪਤਾ ਲੱਗ ਜੂ ਮੀਂਹ ਹੁਣ ਕਹਿੰਦਾ ਘਰ ਸਿੱਧਾ ਲੈ ਜਾ ਭਾਈ ਆਟਾ ਤੋਂ ਪਾਸ ਬੰਨਤਾ ਕਹਿੰਦਾ ਭਾਈ ਜਵਾਕਾਂ ਨੂੰ ਤੋਰ ਕੇ ਲੈ ਜਾ ਘੋੜੀ 'ਤੇ ਸਿੱਧਾ ਲੈ ਜਾ ਲੱਦ ਕੇ ਹੁਣ ਜਾਣਦੇ ਨੂੰ ਕਿਹੜਾ ਤੇਰੇ ਘਰੇ ਧਰਿਆ ਪਿਆ ਵੀ ਖਾਈ ਲਵੇਗਾ ਜਾ ਕੇ ਦੋ ਚਾਰ ਦਿਨਾਂ ਦਾ ਤਰ ਜਾ ਜੇ ਨਾ ਕਾਲ ਖੁੱਲ੍ਹਿਆ ਫੇਰ ਆ ਜੀ ਭਾਈ ਹੁਰਕੀ ਹੈ ਟਾਈਮ ਪਾਸ ਕਰ ਲਾਂਗੇ ਰਲ ਮਿਲ ਕੇ ਕਹਿੰਦਾ ਕੋਈ ਨਾ ਬਾਈ ਉਹਨੇ ਗੁੜ ਦੇਤਾ ਘੋੜੀ 'ਤੇ ਨਾ ਗੁੜ ਬੰਨ ਕੇ ਧਰਤਾ ਹੁਣ ਕਨਿਓ ਨਾਗਰੀ ਦੇ ਪਾਲੀ ਖੇਡੀ ਜਾਂਦੇ ਨੇ ਗਰਾਊਂਡ 'ਚ ਮਾਲ ਬੈਠਾ ਜਿਵੇਂ ਅੱਗੇ ਟੋਭਿਆਂ ਦੇ ਪੁੱਤਰਾਂ 'ਤੇ ਉਹ ਕਹਿੰਦਾ ਐਂ ਕਰੀ ਆਹ ਡੰਡੀ ਜਾਂਦੀ ਹੈ ਸਿੱਧੀ ਗਾਹਾਂ ਜਾ ਕੇ ਚਾਰ ਡੰਡੀਆਂ ਹੋ ਜਾਣਗੀਆਂ ਤੂੰ ਸਿੱਧੀ ਡੰਡੀ ਲੰਘ ਜੀ ਕਿਸੇ ਨੂੰ ਪੁੱਛੀ ਨਾ ਸਾਡੇ ਪਿੰਡ ਦੇ ਨੂੰ ਫੇਰ ਫਸ ਜਾਏਗਾ ਕਹਿੰਦਾ ਨਾ ਮੈਂ ਨਹੀਂ ਪੁੱਛਦਾ ਹੁਣ ਉਹਦਾ ਪਾਗਾਂ ਦੀ ਖੇਡਣ ਕਿੰਨੀ ਝਾਕਾਂ ਲੱਗ ਗਿਆ ਉੱਥੇ ਡੰਡੀਆਂ ਚਾਰ ਬਣੀਆਂ ਡੰਡੀ ਭੁੱਲ ਗਿਆ ਵੀ ਕਿਹੜੀ ਡੰਡੀ ਜਾਣੇ ਉਹ ਕਹਿੰਦਾ ਪਾਲੀ ਉਰੇ ਆਓ ਉਰੇ ਪਾਲੀ ਕਿਉਂ ਆਉਂਦੇ ਨੇ ਖੇਡਦੇ ਲਾਲਚ ਨਾਲ ਉਹ ਕਹਿੰਦਾ ਪਾਲੀ ਅੱਜ ਤੁਹਾਨੂੰ ਬਾਹਲਾ ਸਾਰਾ ਗੁੜ ਦਿਉਂ ਉਰੇ ਆਓ ਜੇ ਤਾਂ ਉਹਨੂੰ ਕਹਿੰਦਾ ਮੈਂ ਗੁੜ ਦਿਉਂ ਫਿਰ ਤਾਂ ਸਰ ਗਿਆ ਤੈਨੂੰ ਬਾਹਲਾ ਸਾਰਾ ਕਹਿ ਬੈਠਾ ਆ ਕੇ ਪਾਲੀ ਕਹਿੰਦੇ ਵੀ ਹਾਂ ਦੱਸ ਕੀ ਗੱਲ ਹੈ ਕਹਿੰਦੇ ਮੈਂ ਫਲਾਣੇ ਪਿੰਡ ਨੂੰ ਜਾਣਾ ਕਿਹੜੀ ਡੰਡੀ ਜਾਂਦੀ ਹੈ ਕਹਿੰਦਾ ਡੰਡੀ ਆ ਜਾਂਦੀ ਹੈ ਬਾਹਲਾ ਸਾਰਾ ਗੁੜ ਦੇ ਕੇ ਜਾ ਹੁਣ ਭਾਈ ਉਹ ਜਦੋਂ ਬਾਹਲਾ ਹੁੰਦਾ ਵੀ ਪਾਲੀ ਹੁਣ ਬਾਹਲਾ ਸਾਰਾ ਕਿਉਂ ਮੰਨਣਗੇ ਹੁਣ ਪਾਲੀ ਤੀ ਖਾਸੇ ਉਹ ਤਾਂ ਸਾਰਾ ਗੁੜ ਖਾ ਗਈ ਉਹ ਕਹਿੰਦਾ ਯਾਰ ਵੀ ਹੁਣ ਗੁੜ ਦਿੱਤਾ ਤੁਹਾਨੂੰ ਮੈਂ ਗੁੜੀ ਕਿਹਾ ਤੀ ਕਹਿੰਦਾ ਗੁੜ ਕਹਿਣ ਦਾ ਸਰ ਜਾਂਦਾ ਤਾਂ ਬਾਹਲਾ ਸਾਰਾ ਕਹਿੰਦਾ ਨਾ ਬਾਹਲਾ ਸਾਰਾ ਸਾਡਾ ਪੂਰਾ ਕਰ ਉਹ ਕਹਿੰਦਾ ਗੁੜ ਤਾਂ ਮੈਂ ਮੁਕਾ ਲਿਆ ਕਹਿੰਦਾ ਜਾ ਫਿਰ ਗਾਹਾਂ ਲਿਆਓ ਵੀ ਖੁੰਡੇ ਚੱਕ ਕੇ ਕਹਿੰਦਾ ਦਈਏ ਤੇ ਨੇ ਛੜੀ ਨੂੰ ਉਹ ਕਹਿੰਦਾ ਵੀ ਕੁੱਟੋ ਨਾ ਮੈਨੂੰ ਪਾਲੀਓ ਮੈਂ ਗੁੜ ਲਿਆ ਕੇ ਦਿੰਦਾ ਤੁਹਾਨੂੰ ਘਰੋਂ ਲਿਆ ਕੇ ਦਿੰਦਾ ਉਹਨੂੰ ਜਾ ਕੇ ਕਹਿੰਦਾ ਭਰਾਵਾ ਮੈਨੂੰ ਤਾਂ ਐਂ ਹੋ ਗਈ ਕਹਿੰਦਾ ਮੈਂ ਤਾਂ ਉਹਨਾਂ ਨੂੰ ਬਾਹਲਾ ਸਾਰਾ ਕਹਿ ਬੈਠਾ ਮੇਰੀ ਜੀਭ ਆ ਮਾੜੀ ਮੈਥੋਂ ਤਾਂ ਹੱਲ ਗਈ ਜੇ ਤਾਂ ਮੈਨੂੰ ਕਹਿੰਦਾ ਵੀ ਆ ਜਾਓ ਪਾਲੀਓ ਤੁਹਾਨੂੰ ਗੁੜ ਦੇਵਾਂ ਵੀ ਮੈਨੂੰ ਡੰਡੀ ਦੱਸੋ ਫਿਰ ਤਾਂ ਮੈਨੂੰ ਕਣਕਾਂ ਕਣਕਾਂ ਗੁੜ ਤਾਂ ਦੇ ਦਿੰਦਾ ਕਹਿੰਦਾ ਮੈਥੋਂ ਤਾਂ ਬਾਹਲਾ ਸਾਰਾ ਕਿਹਾ ਗਾ ਸਾਰਾ ਤਾਂ ਗੁੜ ਖਾ ਗਈ ਉਹ ਕਹਿੰਦੇ ਵੀ ਬਾਹਲਾ ਸਾਰਾ ਦੇ ਕੇ ਜਾ ਜਦੋਂ ਅਸੀਂ ਕਹਿੰਦਾ ਵੀ ਹਾਂ ਬਾਹਲਾ ਸਾਰਾ ਦੇ ਉਦੋਂ ਮੰਨਾਂਗੇ ਨਹੀਂ ਉਹਨਾਂ 'ਚ ਨਹੀਂ ਸੀ ਮੰਨਦੇ ਕਹਿੰਦਾ ਖੁੰਡੇ 'ਚ ਕਿਹੜੇ ਨੇ ਉਹ ਕਹਿੰਦਾ ਚਲੋ ਮੈਂ ਚੱਲਦਾ ਉਹਨੇ ਫਿਰ ਗੁੜ ਬੰਨਤਾ ਦੋ ਡਲੀਆਂ ਲੈ ਲਈਆਂ ਉਹਨੇ ਇੱਕ ਵੱਡੀ ਲੈ ਲਈ ਇੱਕ ਛੋਟੀ ਕਹਿੰਦਾ ਲੈ ਵੀ ਪਾਲੀਆਂ ਦੋਨੇ ਹੱਥਾਂ 'ਤੇ ਧਰ ਲਈਆਂ ਕਹਿੰਦਾ ਵੀ ਬਾਹਲਾ ਸਾਰਾ ਗੁੜ ਲੈ ਲਓ ਜਿਹਨੇ ਲੈਣਾ ਭਾਈ ਉਹ ਪਾਲੀ ਇੱਕ ਦੂਜੇ ਨਾਲ ਲੜਨ ਲੱਗ ਗਏ ਬਾਹਲਾ ਮੈਂ ਲੈਣਾ ਬਾਹਲਾ ਮੈਂ ਲੈਣਾ ਉਹ ਕਹਿੰਦਾ ਤੂੰ ਲੰਘ ਜਾ ਹੁਣ ਮੈਂ ਆਪੇ ਸਾਂਭੂ ਉਹਨਾਂ ਨੂੰ ਉਹ ਪੇ ਨਗਾਤਾ ਹੁਣ ਉਹ ਮਿਜਕਰੀ ਕਾਲ ਪਿਆ ਹੋਇਆ ਉਹ ਕਿਤੇ ਖੇਤ ਗੇੜਾ ਮਾਰਨ ਵੱਗ ਗਿਆ ਕਿਤੇ ਕੁਦਰਤ ਮਾਲਕ ਦੀ ਨਾਲ ਉਹਦੇ ਖੇਤ ਦੇ ਵਿੱਚ ਮਤੀਰਾਂ ਦੀ ਵੇਲ ਹਰੀ ਹੋ ਗਈ ਐਡੀ ਕੁ ਵੇਲ ਹੋਈ ਖੜੀ ਉਹ ਆ ਕੇ ਕਹਿੰਦਾ ਸੱਥ 'ਚ ਕਹਿੰਦਾ ਯਾਰ ਮੇਰੇ ਖੇਤ 'ਚ ਮਤੀਰਾਂ ਦੀ ਵੇਲ ਹਰੀ ਹੋਈ ਖੜੀ ਹੈ ਉਹ ਕਹਿੰਦਾ ਮੇਰਾ ਸਾਹਿਬ ਬੀਜੇ ਤਾਂ ਦਾਣੇ ਨਹੀਂ ਹਰੇ ਹੁੰਦੇ ਵੇਲ ਕਿੱਥੋਂ ਹਰੀ ਹੋਗੀ ਦਾਣੇ ਬੀਜੇ ਤਾਂ ਹਰੇ ਨਹੀਂ ਹੁੰਦੇ ਧਰਤੀ ਤਾਂ ਮੱਚੀ ਪਈ ਹੈ ਕਹਿੰਦਾ ਮੈਨੂੰ ਨਹੀਂ ਪਤਾ ਯਾਰ ਫਲਾਣੇ ਥਾਵੇਂ ਖੜੀ ਹੈ ਉਹ ਸੜਾ ਵਿੱਚ ਬੈਠਾ ਤੀ ਕੋਈ ਵਿਆਹ ਹੈ ਨਹੀਂ ਤੀ ਉਹ ਕਹਿੰਦਾ ਮੇਰੇ ਨਾਲ ਆ ਸਰਤ ਜਿੰਨਾ ਹੋਈ ਕਹਿੰਦਾ ਲੈ ਹੈਗੀ ਯਾਰ ਫਲਾਣੇ ਥਾਵੇਂ ਖੜੀ ਹੈ ਹੁਣ ਜੇ ਤਾਂ ਉਹਦੀ ਜੀਵ ਚੰਗੀ ਹੁੰਦੀ ਦੱਸਦੀ ਨਾ ਵੀ ਕਿੱਥੇ ਖੜੀ ਹੈ ਫਿਰ ਤਾਂ ਸਰਤਾ ਹੀ ਨਹੀਂ ਪਤਾ ਜਿੱਤ ਗਿਆ ਹੁੰਦਾ ਹੁਣ ਸੜਾ ਕਹਿੰਦਾ ਯਾਰ ਮੇਰੇ ਨਾਲ ਆ ਸਰਤ ਕਹਿੰਦੇ ਵੀ ਸਰਤ ਕਾਹਦੀ ਲਾਉਣੀ ਉਹ ਕਹਿੰਦਾ ਵੀ ਜੇ ਤਾਂ ਇਹ ਜਿੱਤ ਗਿਆ ਵੇਲ ਹੋਈ ਉੱਥੇ ਤਾਂ ਜਿਹੜੀ ਚੀਜ਼ ਦੇ ਹੱਥੇ ਲਾਊ ਮੈਂ ਦੇਊਂਗਾ ਠੀਕ ਹੈ ਗੱਲ ਜੇ ਕਹਿੰਦਾ ਮੈਂ ਜਿੱਤ ਗਿਆ ਜਿਹੜੀ ਚੀਜ਼ ਦੇ ਮੈਂ ਹੱਥ ਲਾਊਂ ਤਾਂ ਲਊਂਗਾ ਠੀਕ ਹੈ ਗੱਲ ਉਹ ਕਹਿੰਦੇ ਵੀ ਠੀਕ ਹੈ ਹੁਣ ਉਹਨੂੰ ਐਂ ਵੀ ਵੇਲ ਹੈਗੀ ਹੈ
ਤਾਂ ਰਾਤ ਨੂੰ ਤਾਂ ਮੇਰਾ ਸਾਲਾ ਸੜਾ ਵੇਲ ਪੱਟਿਆ ਬਈ ਉੱਥੇ ਕੁਛ ਵੀ ਨਾ ਅਤੇ ਤੜਕੇ ਨੂੰ ਸਭਾ ਦੇ ਬੰਦੇ ਗਏ ਉਹ ਕਹਿੰਦਾ ਵੀ ਇੱਥੇ ਤਾਂ ਵੇਲ ਹੈ ਨਹੀਂ ਉਹ ਕਹਿੰਦਾ ਵੀ ਹਾਂ ਸਰਤ ਮੈਂ ਹਰ ਗਿਆ ਚੱਕ ਕੇ ਉਹ ਡੇਢਾ ਜਿਹੜਾ ਕਹਿੰਦੇ ਵੀ ਐਂ ਕਰ ਵੀ ਸਰਤ ਦਾ ਟਾਈਮ ਦੇ ਭਾਈ ਕਦੋਂ ਸਰਤ ਦੇਵੇਂਗਾ ਕਹਿੰਦੇ ਪਰਸੋਂ ਨੂੰ ਸਰਤ ਦੇਊਂ ਮੈਂ ਕਹਿੰਦੇ ਵੀ ਠੀਕ ਹੈ ਘਰ ਆ ਕੇ ਕਹਿੰਦਾ ਮੈਂ ਤਾਂ ਆਹ ਗੱਲ ਕਰ ਬੈਠਾ ਤਾਂ ਮੇਰਾ ਸਾਲਾ ਸੜਾ ਬੰਦਾ ਤੇਰੇ ਹੱਥ ਲਊ ਜਵਾਕ ਪਾਲਣ ਕਿਉਂ ਝਾਕੂ ਤਾਂ ਤੈਨੂੰ ਲੈ ਕੇ ਜਾਊ ਸੜਾ ਬੰਦਾ ਉਹ ਕਹਿੰਦੀ ਐਂ ਕਰ ਉਸੇ ਕਿ ਨਗਰੀ ਵਾਲੇ ਕੋਲੇ ਜਾਓ ਬਚਾਊ ਤੈਨੂੰ ਕਹਿੰਦਾ ਹਾਂ ਉਹਨੇ ਕੋਲੇ ਜਾਂਦਾ ਦੂਜੇ ਦਿਨ ਤੁਰ ਪਿਆ ਭਾਈ ਜਿਵੇਂ ਹੁਣ ਕੱਲ੍ਹ ਨੂੰ ਸਰਤ ਦੇਣੀ ਹੋਵੇ ਅੱਜ ਜਵਾਕ ਜੀ ਕਹਿੰਦਾ ਭਾਈ ਉਹ ਕਹਿੰਦਾ ਹੁਣ ਕੀ ਹੋ ਗਿਆ ਕਹਿੰਦਾ ਬਾਈ ਯਾਰ ਮੈਂ ਇੱਥੋਂ ਤਾਂ ਪਿੰਡ ਜਾ ਕੇ ਵੀ ਫਸ ਗਿਆ ਮੈਂ ਤਾਂ ਕਹਿੰਦਾ ਕਿਉਂ ਕਹਿੰਦਾ ਮੈਂ ਤਾਂ ਵੇਲ ਦੱਸ ਬੈਠਾ ਪਹਿਲਾਂ ਵੀ ਉੱਥੇ ਹਰੀ ਖੜਿਆ ਕਹਿੰਦਾ ਮੈਂ ਤਾਂ ਵੇਲ ਪਿੱਛੇ ਸਰਤ ਲੱਗ ਗਈ ਕਹਿੰਦਾ ਮੈਂ ਸਰਤ ਲੱਗੀ ਇਹ ਜਿਹੜੀ ਚੀਜ਼ ਤੂੰ ਹੱਥ ਲਊ ਕਹਿੰਦਾ ਸੜਾ ਬੰਦਾ ਕਹਿੰਦਾ ਫਿਰ ਤਾਂ ਤੇਰੀ ਤੀਵੀਂ ਦੇ ਹੱਥ ਲਊ ਕਹਿੰਦਾ ਹਾਂ ਕਹਿੰਦਾ ਤੀਵੀਂ ਜਿੱਤੂ ਕਹਿੰਦਾ ਹਾਂ ਕਹਿੰਦਾ ਫਿਰ ਖੂਹ ਉਹ ਪੌੜੀ ਹੈਗੀ ਉਹਦੇ ਕਹਿੰਦਾ ਹਾਂ ਪੌੜੀ ਹੈਗੀ ਹੈ ਉਹਨੇ ਚੱਕ ਲਿਆ ਖੁੰਡਾ ਕੋਕਿਆਂ ਵਾਲਾ ਕਹਿੰਦਾ ਚੱਲ ਚੱਲੀਏ ਆ ਗਿਆ ਦੂਜਾ ਦਿਨ ਆ ਗਿਆ ਭਾਈ ਹੱਥ ਨੇ ਪੇਗ ਭੂਗ ਲਾਇਆ ਉਹਦਾ ਜ਼ਿਮੀਂਦਾਰ ਨੇ ਦੋਨਾਂ ਨੇ ਬੈਠ ਕੇ ਕਹਿੰਦਾ ਤੂੰ ਡਰਨਾ ਮੈਂ ਨਹੀਂ ਛੱਤ ਜਾਣ ਦਿੰਦਾ ਵੇ ਧੜਕ ਰਹੇ ਦੇਖੀ ਜੱਟ ਦਾ ਦਿਮਾਗ ਕਿਉਂਕਿ ਕਹਿੰਦਾ ਐਂ ਕਰ ਭਾਗ ਮਾਨੇ ਕੋਠੇ 'ਤੇ ਤਾਂ ਕੱਤਾਂ ਲੱਗ ਜਾ ਪੌੜੀ ਲਾ ਕੇ ਕਹਿੰਦਾ ਜੇ ਤਾਂ ਹੋਇਆ ਹਥਿਆਰ ਤਾਂ ਸ਼ਰਤ ਲੈ ਜੂ ਨਹੀਂ ਮੈਂ ਜਾਣ ਨਹੀਂ ਦਿੰਦਾ ਅਤੇ ਕਹਿੰਦਾ ਵੀ ਤੂੰ ਜਾ ਕੇ ਸੁਨੇਹਾ ਲਾ ਦੇ ਭਾਈ ਆਪਦੀ ਸ਼ਰਤ ਲਿਓ ਕਹਿੰਦਾ ਮੈਂ ਉਹਨਾਂ ਨੂੰ ਰਜਾਊਂਗਾ ਤੁਸੀਂ ਨਹੀਂ ਬੋਲਣਾ ਕਹਿੰਦਾ ਚੰਗਾ ਆ ਗਏ ਕਹਿੰਦਾ ਆਓ ਭਾਈ ਖੜਾ ਹੋ ਕੇ ਸਤਿ ਸ਼੍ਰੀ ਅਕਾਲ ਬੁਲਾਈ ਸੰਗਤੇ ਆਓ ਭਾਈ ਕਿਵੇਂ ਆਈ ਕਹਿੰਦੇ ਜੀ ਸਰਤ ਲੈਣਾ ਹੈ ਸਰਤ ਹਰ ਗਿਆ ਕਹਿੰਦਾ ਭਾਈ ਸਰਤ ਕਿਵੇਂ ਲੱਗੀ ਹੈ ਕਹਿੰਦਾ ਵੀ ਜਿਹੜੀ ਚੀਜ਼ ਦੇ ਹੱਥ ਲਊਗਾ ਇਹ ਉਹ ਚੀਜ਼ ਲੈ ਕੇ ਜਾਊ ਇਹ ਠੀਕ ਹੈ ਕਹਿੰਦਾ ਵੀ ਜੇ ਮੈਂ ਇਸ ਦੇ ਹੱਥ ਲਾ ਕੇ ਮੈਂ ਇਸ ਬੇਪਸੰਦ ਕਰਕੇ ਮੈਂ ਉਹਨੂੰ ਘੋੜੀ ਦੇ ਲਾਤਾ ਕਹਿੰਦੇ ਨਾ ਜੀ ਜੇ ਮੈਂ ਇਸ ਦੇ ਲਾਤਾ ਤਾਂ ਮੈਂ ਇਸ ਹੀ ਨਹੀਂ ਜਾਊ ਠੀਕ ਹੈ ਉਹ ਇਕਲਾ ਗਿਆ ਕਹਿਣਾ ਕਹਿੰਦਾ ਇਹਨੇ ਮੈਂ ਇਸ ਤੋਂ ਕੀ ਕਰਾਉਣਾ ਤੂੰ ਮੇਰਾ ਸਾਲਾ ਤਾਂ ਦੇਖ ਕੱਤੀ ਜਾਂਦੀ ਹੈ ਉਹ ਹੱਫਲੇ ਹੁਣ ਐਂ ਤਾਂ ਕਿਹਾ ਨਾ ਵੀ ਥੱਲੇ ਤਰੋ ਭਾਈ ਮੈਂ ਤਾਂ ਫੇਰ ਸੱਤ ਲੂੰ ਕਹਿੰਦਾ ਵੀ ਚੰਗਾ ਲਾ ਦੇ ਹੱਥ ਉਹ ਤਾਂ ਪੌੜੀਆਂ ਜਾ ਚੜਿਆ ਇੱਕ ਡੰਡੇ ਦੇ ਹੱਥ ਲਾਤਾ ਦੋ ਦੇ ਲਾਤਾ ਦਸਵੇਂ ਤੇ ਵਾਗਣ ਮਾਂ ਕਰਕੇ ਹੁੰਡਾ ਸਿੱਟ ਲਿਆ ਥੱਲੇ ਕਹਿੰਦਾ ਮੇਰਾ ਸਾਲਾ ਇੱਕ ਪੌੜੀ ਦੇ ਹੱਥ ਲਾ ਕੇ ਨਹੀਂ ਰੱਜਾ ਡੰਡੇ ਤੇ ਦੋ ਦਿਨ ਨਹੀਂ ਰੱਜਾ ਦਸ ਡੰਡੇ ਦੇ ਹੱਥ ਲਾਤਾ ਹੁਣ ਤਾਂ ਕੀ ਕਰਨ ਜਾਂਦੇ ਮੁੜ ਥੱਲੇ ਸਿੱਟ ਲਿਆ ਥੱਲੇ ਕਹਿੰਦਾ ਮੈਂ ਤਾਂ ਪੌੜੀ ਵੀ ਨਹੀਂ ਹੁੰਦਾ ਭਾਜੂ ਉਹ ਕਹਿੰਦਾ ਕਿ ਉਹ ਕਹਿੰਦਾ ਵੀ ਤੈਂ ਕੀ ਗੱਲ ਆ ਕਹਿੰਦੇ ਹੱਥ ਲਾਉਣਾ ਕਰਿਆ ਤੀ ਕਹਿੰਦਾ ਹੱਥ ਫਿਰ ਪੌੜੀ 'ਤੇ ਲੱਗ ਗਿਆ ਹੱਥ ਲਾਉਣਾ ਕਰਿਆ ਤੀ ਚਾਹੇ ਕੰਧ 'ਤੇ ਲਾਉਣਾ ਤੁਸੀਂ ਕਹਿੰਦਾ ਇਹੀ ਗੱਲ ਕਹੀ ਇਹਨੇ ਵੀ ਹੱਥ ਲਾਉਣਾ ਕਹਿੰਦਾ ਹਾਂ ਫਿਰ ਇਹਨੇ ਪੌੜੀ 'ਤੇ ਲਾਤਾ ਕਹਿੰਦਾ ਜੇ ਇੱਕ ਡੰਡੇ ਦੇ ਹੱਥ ਲਾਉਣ ਤਾਂ ਪੌੜੀ ਲੈ ਜਾਂਦਾ ਉਹਦੀ ਕਹਿੰਦਾ ਹੁਣ ਪੌੜੀ ਵੀ ਨਹੀਂ ਮਿਲਦੀ ਕਹਿੰਦਾ ਦਸ ਡੰਡੇ ਦੇ ਹੱਥ ਲਾਤਾ ਉਹ ਭਾਈ ਕਹਿੰਦਾ ਵੀ ਠੀਕ ਹੈ ਚੱਲ ਮੁੰਡਿਆ ਪੋਲਾ ਹੋ ਕੇ ਆ ਗਿਆ ਘਰੇ ਇਹ ਜਾਂ ਤਾਂ ਵੀ ਕਾਨੂੰਨ ਅਗਰੀ ਛੱਡ ਦੀਗਾ।